ਸਾਡਾ ਮੇਰਾ ਨਾਮ ਰੇਖਾ ਹੈ ਪਿੰਡ ਸਾਡਾ ਟਾਂਡਾ ਹੈ ਸਾਡੇ ਪਿੰਡ ਦੇ ਹਾਲਾਤ ਬਹੁਤ ਮਾੜੇ ਹੈਗੇ ਆ ਕੱਲ੍ਹ ਸਵੇਰੇ 8 ਵਜੇ ਤੋਂ ਪਾਣੀ ਜਿਹੜਾ ਵਧਣਾ ਸ਼ੁਰੂ ਹੋਇਆ ਸੀ ਅਤੇ 12 ਵਜੇ ਤੱਕ ਅਸੀਂ ਸੋਚਿਆ ਵੀ ਨਹੀਂ ਆਏਗਾ ਪਿੰਡ 'ਚ ਪਾਣੀ ਜਦੋਂ 3 ਵਜੇ ਦਾ ਪਾਣੀ ਜ਼ਿਆਦਾ ਵੀ ਹੋ ਗਿਆ ਤੇਜ਼ ਹੋ ਗਿਆ ਅਤੇ ਜਦੋਂ ਸ਼ਾਮ ਦੇ 5:30 ਹੋਏ ਨਾ ਅਤੇ ਜਿਹੜੀ ਧੂਸੀ ਹੈ ਜਿਹੜੀ ਉਹ ਟੁੱਟ ਗਈ ਕੋਈ ਧੂਸੀ ਦੀ ਕੋਈ ਰਿਪੇਰਿੰਗ ਨਹੀਂ ਕੋਈ ਉਹਦਾ ਕੋਈ ਕੋਸ਼ਿਸ਼ ਸਰਕਾਰਾਂ ਬਹੁਤ ਜ਼ਿਆਦਾ ਆਉਂਦੀਆਂ ਬੜੀਆਂ ਸਰਕਾਰਾਂ ਆਉਂਦੀਆਂ ਵੋਟ ਲੈਣ ਵਾਸਤੇ ਆ ਕਹਿੰਦੇ ਅਸੀਂ ਇਹ ਤੁਹਾਡਾ ਬਣਾਵਾਂਗੇ ਇਹ ਕਰਾਂਗੇ ਪਰ ਲੇਕਿਨ ਸਾਡਾ ਮੌਕੇ 'ਤੇ ਕੋਈ ਵੀ ਫਾਇਦਾ ਉਠਾ ਕੇ ਵੋਟ ਲੈ ਕੇ ਚੱਲ ਜਾਂਦੇ ਆ ਪਰ ਕੋਈ ਸਾਨੂੰ ਪੁੱਛਣ ਨਹੀਂ ਦੁਬਾਰਾ ਆਉਂਦਾ ਕਿ ਤੁਸੀਂ ਕਿੱਦਾਂ ਰਹਿ ਰਹੇ ਹੋ ਜੇ ਰਾਸ਼ਨ ਲੱਗਦਾ ਸਾਡਾ ਰਾਸ਼ਨ ਬੰਦ ਬਲਕਿ ਕੋਈ ਸਹੂਲਤ ਨਹੀਂ ਸਾਨੂੰ ਅਸੀਂ ਦਰਿਆ ਦੇ ਕੰਢੇ ਰਹਿ ਰਹੇ ਹਾਂ ਸਾਨੂੰ ਕੋਈ ਸਰਕਾਰ ਤੋਂ ਸਹੂਲਤਾਂ ਨਹੀਂ ਸਾਨੂੰ ਸਹੂਲਤ ਕੋਈ ਮਿਲਣੀ ਚਾਹੀਦੀ ਆ ਕਿ ਜਿਹੜੇ ਸਾਰੇ ਅਸੀਂ ਬੱਚਿਆਂ ਦਾ ਪੇਟ ਪਾਲੀਏ ਆਪਣਾ ਕਰੀਏ ਬੱਚਾ ਭਵਿੱਖ ਬਾਰੇ ਸੋਚੀਏ ਬਹੁਤ ਸਾਡਾ ਭਾਅ ਜੀ ਦੇਖੋ ਸਾਨੂੰ 19 ਸਾਲ ਹੋ ਗਏ ਘਰ ਬਣਾਉਂਦੇ ਤੀਲਾ ਤੀਲਾ ਜੋੜ ਕੇ ਅਸੀਂ ਘਰ ਬਣਾਇਆ ਬੜਾ ਕਿੱਸਾ ਕਰ ਕੇ ਬਣਾਇਆ ਜਦੋਂ ਛੱਡਣ ਦੀ ਹਿੰਮਤ ਆਈ ਸਾਡਾ ਘਰ ਨਹੀਂ ਛੱਡਾਉਂਦਾ ਪਰ ਸਾਨੂੰ ਹਾਂ ਉਹ ਨਹੀਂ ਸਾਡੇ ਦੇ ਉੱਥੇ ਹੀ ਹੈ ਭਾਅ ਜੀ ਉੱਥੇ ਹੀ ਬੈਠੇ ਘਰ ਹੀ ਬੈਠੇ ਆ ਕਿ ਘਰ ਕਿੱਦਾਂ ਛੱਡਾਂਗੇ ਸਰਕਾਰ ਨੇ ਕੱਲ੍ਹ ਕੁਛ ਦੇਣਾ ਨਹੀਂ ਹੈਗਾ ਜਿਹੜਾ ਘਰ ਮਾੜਾ ਮੋਟਾ ਆ ਉਹ ਵੀ ਬਰਬਾਦ ਹੋ ਜਾਣਾ ਅਤੇ ਲੋਕ ਕਿੱਦਾਂ ਟਾਈਮ ਪਾਸ ਕਰਨਗੇ ਬਹੁਤ ਪਾਣੀ ਹੈ ਪਹਿਲੇ 10-11 ਫੁੱਟ ਜਿਹੜਾ ਸਾਡੇ ਪਿੰਡ ਵਿੱਚ ਪਾਣੀ ਫਿਰ ਰਿਹਾ ਗਲੀਆਂ ਵਿੱਚ ਘਰਾਂ ਦੇ ਅੰਦਰ ਪਾਣੀ ਜਾ ਰਿਹਾ ਅਤੇ ਸ਼ਮਸ਼ੇਰ ਸਿੰਘ ਜਿਹੜੇ ਐੱਮ ਐੱਲ ਬਣੇ ਆ ਦੀਨਾਨਗਰ ਦੇ ਹਲਕੇ ਦੇ ਅਤੇ ਉਹਨਾਂ ਨੇ ਆ ਕੇ ਸਵੇਰੇ 6 ਵਜੇ ਪਿੰਡ ਪਹੁੰਚ ਗਏ ਟਾਂਡੇ 'ਚ ਉਹਨਾਂ ਨੇ ਜਾ ਕੇ ਹੈਲਪ ਕੀਤੀ ਆ ਸਾਰੇ ਪਰਿਵਾਰ ਦੇ ਘਰ ਘਰ ਜਾ ਕੇ ਘਰੋ ਘਰ ਬਜ਼ੁਰਗਾਂ ਨੂੰ ਕੱਢ ਕੱਢ ਕੇ ਬੇੜੀਆਂ 'ਚ ਪਾ ਕੇ ਉਹਨੇ ਘਰ ਕੱਢ ਕੇ ਅੰਦਰ ਬਹੁਤ ਮਾੜੇ ਹਾਲਾਤ ਜੀ ਬਾਈ ਜੋ ਬਹੁਤ ਬਹੁਤ ਜ਼ਿਆਦਾ ਹੀ ਮਾੜੇ ਹਾਲਾਤ ਸੀਗੇ ਸਾਡੇ ਜਦੋਂ ਅਸੀਂ ਪਿੰਡੋਂ ਆਏ ਨਾ ਕਿ 11-11 ਫੁੱਟ ਪਾਣੀ ਜਦੋਂ ਸਾਡੇ ਵੀ ਗੱਲ ਕਿ ਗਰਦਨ ਤਾਂ ਪਾਣੀ ਹੋ ਗਿਆ ਨਾ ਤਾਂ ਆਪਾਂ ਜੀ ਛੱਡਣਾ ਮਨਜ਼ੂਰ ਕਰ ਦਿੱਤਾ ਹਾਂ ਬਹੁਤ ਜ਼ਿਆਦਾ ਇੱਥੇ ਚਾਹ ਰੋਟੀ ਪਾਣੀ ਸਾਰੀ ਸਹੂਲਤ ਮਿਲ ਰਹੀ ਹੈ ਸਾਨੂੰ ਹਰ ਵਧੀਆ ਸਹੂਲਤ ਕੀਤੀ ਗਈ ਹੈ ਸਾਡੀ ਹੈਲੋ ਭਾਅ ਜੀ ਮੇਰਾ ਨਾਮ ਵਿੱਕੀ ਆ ਪਿੰਡ ਟਾਂਡੇ ਟਾਂਡੇ ਤੋਂ ਠੇਕੇਦਾਰ ਰਾਜ ਮਿਸਤਰੀ ਭਾਅ ਜੀ ਪਾਣੀ ਦੇ ਹਾਲਾਤ ਤਾਂ ਕਾਫ਼ੀ ਜ਼ਿਆਦਾ ਹੋ ਗਏ ਆ ਕਈ ਜਗ੍ਹਾ 'ਤੇ 4 ਫੁੱਟ ਕਈ ਜਗ੍ਹਾ 'ਤੇ 5 ਫੁੱਟ ਪਾਣੀ ਚੱਲਦਾ ਪਿਆ ਆ ਹਾਂਜੀ ਨਹੀਂ ਕੱਲ੍ਹ ਥੋੜ੍ਹੇ ਘੱਟ ਸੀ ਕੱਲ੍ਹ ਮਤਲਬ 2-2.5-3 ਵਜੇ ਨਾਲ ਬੰਨ ਜਿਹੜੇ ਟੁੱਟ ਗਏ ਸੀ ਧੂਸੀ ਦੇ ਦੋਵਾਂ ਤਿੰਨਾਂ ਜਗ੍ਹਾ ਤੋਂ ਉਹਦੇ ਨਾਲ ਫਿਰ ਪਾਣੀ ਜਿਹੜਾ ਸਾਰਾ ਪਿੰਡ ਵਿੱਚ ਆ ਗਿਆ ਹੌਲੀ ਹੌਲੀ ਅਤੇ ਉਸ ਤੋਂ ਬਾਅਦ ਪਾਣੀ ਜਿਹੜਾ ਆਪਣਾ ਗੁਰਦਾਸਪੁਰ ਤੋਂ ਮਕੇੜੀਆਂ ਤੋਂ ਰੋਡ ਚੱਲਦਾ ਪਿਆ ਉੱਥੋਂ ਪਾਣੀ ਕ੍ਰਾਸ ਹੋਣ ਲੱਗ ਪਿਆ ਪਾਣੀ ਮਤਲਬ ਰੋਡ ਤੋਂ ਕ੍ਰਾਸ ਹੁੰਦਾ ਪਿਆ ਸੀ ਅਤੇ ਉਸ ਟਾਈਮ ਮਤਲਬ ਟੀਮਾਂ ਪ੍ਰਸ਼ਾਸਨ ਨੇ ਆਪਣੀਆਂ ਟਰਾਲੀਆਂ 'ਤੇ ਜੋ ਵੀ ਆ ਮਤਲਬ ਵੋਟ ਲਿਆ ਕੇ ਅਤੇ ਮਤਲਬ ਪਬਲਿਕ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਸੀ ਅਤੇ ਵਧੀਆ ਤਰੀਕੇ ਨਾਲ ਮਤਲਬ ਸਾਰੀ ਜਨਤਾ ਨੂੰ ਕੱਢਿਆ ਗਿਆ ਔਖਾ ਭਾਅ ਜੀ ਗੱਲ ਇੱਦਾਂ ਵੀ ਕਹਿਣ ਦਾ ਮਤਲਬ ਹਰ ਕਿਸੇ ਨੂੰ ਘਰ ਆਪਣਾ ਛੱਡਣਾ ਬਹੁਤ ਮੁਸ਼ਕਲ ਹੁੰਦੀ ਆ ਸਾਡਾ ਲਗਭਗ ਪਿੰਡ ਟਾਂਡਾ ਜਿਹੜਾ ਲਗਭਗ ਸਾਰਾ ਹੀ ਕੋਠਿਆਂ 'ਤੇ ਚੜ੍ਹਿਆ ਹੋਇਆ ਸੀ ਅਤੇ ਮਤਲਬ ਇੱਕ ਰਾਤ ਉਹਨਾਂ ਨੇ ਕੋਠਿਆਂ 'ਤੇ ਕੱਢੀ ਹੋਈ ਆ ਅਤੇ ਅਗਲੇ ਦਿਨ ਫਿਰ ਦੇਖਿਆ ਵੀ ਪਾਣੀ ਜਿਹੜਾ ਘਟਿਆ ਨਹੀਂ ਵੱਧਦਾ ਹੀ ਪਿਆ ਆ ਅਤੇ ਫਿਰ ਮਤਲਬ ਲੋਕਾਂ ਨੇ ਕਹਿਣ 'ਤੇ ਸਾਰੇ ਪ੍ਰਸ਼ਾਸਨ ਨੇ ਕਹਿਣ 'ਤੇ ਫਿਰ ਆਸਤੇ ਆਸਤੇ ਲੋਕ ਆਉਣੇ ਸ਼ੁਰੂ ਹੋ ਗਏ ਭਾਅ ਜੀ ਕਈ ਤਾਂ ਮਤਲਬ ਲੋਕਾਂ ਨੂੰ ਬਹੁਤਾ ਕਿਹਾ ਵੀ ਇੱਥੋਂ ਆ ਜਾਓ ਪਰ ਕਈ ਜਿਹੜੇ ਆ ਕਹਿੰਦੇ ਨਹੀਂ ਅਸੀਂ ਮਤਲਬ ਆਪਣੇ ਘਰ ਹੀ ਰਹਿਣਾ ਆ ਅਤੇ ਵੈਸੇ ਜ਼ੋਰ ਤਾਂ ਬਹੁਤ ਲਾਇਆ ਪਰ ਕਈ ਆਪਣੀ ਮਰਜ਼ੀ ਨਾਲ ਹੀ ਉੱਥੇ ਰੁਕੇ ਹੋਏ ਆ ਨਹੀਂ ਨਹੀਂ ਭਾਅ ਜੀ ਵਧੀਆ ਵਧੀਆ ਤਰੀਕੇ ਨਾਲ ਰੋਟੀ ਪਾਣੀ ਚਾਹ ਦਾ ਬਾਕੀ ਇਨਵੇਟਰ ਲੱਗਾ ਹੋਇਆ ਆ ਬੱਤੀ ਦਾ ਜਨਵੇਟਰ ਦਾ ਕੋਈ ਦਿੱਕਤ ਨਹੀਂ ਹੋ ਭਾਅ ਜੀ ਇਹ ਤਾਂ ਨਹੀਂ ਹਜੇ ਦੱਸਿਆ ਅਤੇ ਉਹਦਾ ਬਾਕੀ ਸਾਰੀ ਫੈਸਿਲਿਟੀ ਦਿੱਤੀ ਹੋਈ ਆ